ਇਦਾਂ ਦਾ ਮਾਹੌਲ ਇੱਕ ਵੀਡੀਓ ਦੇ ਵਿੱਚ ਆ ਰਿਹਾ, ਬੜੀ ਮਿਹਰਬਾਨੀ ਹੈ। ਲਾਸਟ ਵਿੱਚ ਛੋਟਾ ਜਿਹਾ ਰੈਪ ਕਿ ਜੇ ਹਨੀ ਸਿੰਘ ਨੂੰ ਅਫਸੋਸ ਦਾ ਰੈਪ ਬੋਲਣਾ ਪਵੇ ਕਿਸ ਤਰ੍ਹਾਂ ਬੋਲੂਗਾ। ਸਾਡੇ ਪਿੰਡ ਮਰ ਗਈ ਭੋਲੇ ਦੀ ਬੀਬੀ, ਠੀਕ ਹੈ, ਆਪਾਂ ਉੱਥੇ ਅਫਸੋਸ ਕਰਨ ਚਲੇ ਗਏ, ਠੀਕ ਹੈ। ਅਸੀਂ ਭੋਲੇ ਨੂੰ ਪੁੱਛਿਆ ਕਿ ਤੁਹਾਡੀ ਬੀਬੀ ਨੂੰ ਕੀ ਗੱਲ ਹੋਈ ਆ। ਅੱਛਾ, ਉਹਦੇ ਵੀ ਸਿਰ ਤੇ ਹਨੀ ਸਿੰਘ ਦਾ ਭੂਤ ਸਵਾਰ, ਠੀਕ ਹੈ। ਸਾਰੀ ਗੱਲ ਉਹ ਰੈਪ ਚ ਕਿਵੇਂ ਦੱਸੀ ਆ, ਕਿਵੇਂ? ਸ਼ੁਕਰੀ ਦੀ ਬੀਬੀ ਨੂੰ ਪਹਿਲਾਂ ਸੀ ਸ਼ਿਕਾਇਤ, 12 ਵਜੇ ਰਾਤੀ ਹੋ ਗਿਆ ਅਟੈਕ, ਅਸੀਂ ਹਸਪੀਟਲ ਚੱਕ ਲੈ ਗਏ, ਹੱਥ ਪੈਰ ਠੰਡੇ ਬੇਬੇ ਦੇ ਸੀ ਪੈ ਗਏ, ਬੇਬੇ ਔਖੀ ਔਖੀ ਲੈਂਦੀ ਜਦੋਂ ਸਾਹ ਸੀ, ਦਿੱਤੀ ਆਕਸੀਜਨ ਡਾਕਟਰਾਂ ਲਾ ਸੀ, ਥੋੜੀ ਦੇਰ ਬਾਅਦ ਨਬਜ ਸੀ ਖੜ ਗਈ, ਡਾਕਟਰ ਕਹਿੰਦੇ ਹੁਣ ਰੱਬ ਦਾ ਭਾਣਾ ਮੰਨੋ, ਬੁੜੀ ਤੁਹਾਡੀ ਹੁਣ ਮਰ ਗਈ, ਮਰ ਗਈ। ਇੱਕ ਵਾਰ ਜੇ ਵਧੀਆ ਲੱਗ ਰਿਹਾ ਹੱਥ ਉੱਪਰ ਕਰਕੇ ਤਾਲੀ ਲਗਾ ਦਿਓ, ਬੜੀ ਮਿਹਰਬਾਨੀ ਹੈ। ਇੰਨੀ ਕੁ ਹਾਜ਼ਰੀ ਕਬੂਲ ਕਰਿਓ। ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਮੇਲੇ ਵਿੱਚ ਆਏ ਹੋਏ ਮੇਲੀਆਂ ਨੂੰ ਬਹੁਤ ਬਹੁਤ ਮੁਬਾਰਕਾਂ, ਸਾਡੇ ਬਿੱਟੂ ਭਾਅ ਜੀ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਪਿਆਰ ਸਤਿਕਾਰ ਦਿੱਤਾ। ਇੱਕ ਵਾਰ ਤਾਲੀ ਲਗਾਓ ਜੋ ਕਿ ਸਾਉਣ ਦੁਆਰਾ ਇਸ ਮੇਲੇ ਦੀ ਸੇਵਾ ਕਰ ਰਹੇ, ਖੁੱਲ੍ਹ ਕੇ ਤਾਲੀ ਲਗਾਓ। ਉਹਨੂੰ ਆਪਣੀ ਭੂਆ ਦੀ ਸਹੁੰ ਜਿਹੜਾ ਤਾਲੀਆਂ ਨਾਲ ਲਗਾਏ, ਤਾਲੀਆਂ ਲਗਾਓ ਖੁੱਲ੍ਹ ਕੇ। ਇਹ ਕਿਹੜਾ ਗਿੱਪੀ ਗਰੇਵਾਲ ਅੱਜ ਕੱਲ੍ਹ ਗੀਤ ਬਹੁਤ ਚੱਲ ਰਿਹਾ ਜੀ, ਸਾਡੇ ਬਿੱਟੂ ਭਾਅ ਜੀ ਵੱਲੋਂ ਵੀ ਹੁਕਮ ਆ ਚੁੱਕਿਆ ਹੈਗਾ ਕਿ ਦੇਸੀ ਗਾਣਾ ਲਾ ਦੇ, ਕਹਿੰਦੀ ਮੈਂ ਭੰਗੜਾ ਪਾਉਣਾ, ਠੀਕ ਹੈ। ਉੱਥੇ ਕੀ ਕੀਤਾ ਆ, ਸਾਡਾ ਭਈਆ ਚਲ ਗਿਆ ਪਿੰਡ 'ਚ ਦੁੱਧ ਲੈਣ, ਅੱਛਾ, ਤੇ ਕੁੱਤੀ ਨੇ ਭਈਏ ਨੂੰ ਲੱਤ ਤੋਂ ਫੜ ਲਿਆ, ਠੀਕ ਹੈ। ਯੂਟਿਊਬ ਤੇ ਚੱਲਦਾ ਪਿਆ ਗਾਣਾ, ਉੱਥੇ ਆਪਾਂ ਗੀਤ ਇੱਕ ਕਰਕੇ ਨੈਟ ਤੇ ਯੂਟਿਊਬ ਤੇ ਪਾਇਆ, ਉਹ ਗੀਤ ਕਿਹੜਾ ਆ, ਕਿਵੇਂ? ਹੋ ਕਾਲੀ ਕੁੱਤੀ ਨੇ ਲੱਤ ਫੜ ਲਈ, ਭੱਜਿਆ ਜਾਨ ਬਚਾ ਕੇ ਮੈਂ, ਹੁਣ ਡਾਕਟਰ ਮੈਨੂੰ ਕਹਿੰਦੀ ਧੁਨੀ ਵਿੱਚ ਟੀਕਾ ਲਾਉਣਾ, ਹੁਣ ਡਾਕਟਰ ਮੈਨੂੰ ਕਹਿੰਦੀ ਧੁਨੀ ਵਿੱਚ ਟੀਕਾ ਲਾਉਣਾ। ਬਿੱਟੂ ਭਾਜੀ ਵੱਲ ਹੁਕਮ ਆਇਆ ਕਿ ਯਾਰ ਤੁਸੀਂ ਉਹ ਜਿਹੜੇ ਬੇਬੇ ਦਾ ਅਫਸੋਸ ਕਰਦੇ ਹੋ, ਕਰ ਦਿਓ ਬੇਬੇ ਦਾ ਅਫਸੋਸ। ਆ ਜਾ, ਮੈਂ ਤੇ ਨਾ ਬਹੁਤ ਨਾਰਾਜ਼ ਹਾਂ, ਸਿਰਫ ਠੀਕ ਹੈ, ਸਾਡੀ ਬੇਬੇ ਪੂਰੀ ਹੋ ਗਈ, ਤੂੰ ਮੈਨੂੰ ਅਫਸੋਸ ਨਹੀਂ ਕੀਤਾ, ਮੈਂ ਤੈਨੂੰ ਹੁਣੇ ਅਫਸੋਸ ਕਰ ਦੇਣਾ, ਕਰਾਂ ਅਫਸੋਸ? ਆ ਜਾ, ਮੇਰ ਮਿੱਤਰ ਬਣ ਜਾ, ਲੈ ਵੀ ਮੈਂ ਮੇਰ ਮਿੱਤਰ ਮੰਨ ਰਿਹਾ, ਇੱਕ ਵਾਰ ਤਾਲੀ ਲਗਾ ਦਿਓ। ਓਏ ਹੋਏ, ਉਹ ਮੈਂ ਕਿਹਾ ਹੈਗੜਾ, ਉਹ ਮੈਂ ਕਿਹਾ ਭਾਈ ਗੱਲ ਨਹੀਂ ਪਾ ਰਹੀ, ਇੱਕ ਵਾਰ ਤਾਲੀਆਂ ਲਾ ਦਿਓ, ਮੈਂ ਤੇ ਚੱਕ ਦੂ ਗਰੀਬੀਆਂ ਨਾਲੇ ਬੰਦੇ ਨਾਲੇ ਬੀਬੀਆਂ, ਤੇ ਮੁੰਡੇ ਕੁੜੀਆਂ ਨੂੰ ਕਹਿੰਦੇ ਚਾਚਾ ਚੀਜ਼ੀਆਂ। ਆ ਜਾ ਬਈ, ਓਏ ਹੋਏ, ਆ ਜਾ ਬਈ, ਉਹ ਮੈਂ ਕਿਹਾ ਟੋਚਣਾ ਕੀ ਗੱਲ ਹੋ ਗਈ ਬਈ, ਹੋਣਾ ਕੀ ਆ, ਓਏ ਹੋਏ, ਸਾਡੀ ਬੇਬੇ ਪੂਰੀ ਹੋ ਗਈ ਆ, ਕਿਉਂਕਿ ਗੱਲ ਬੇਬੇ ਪਹਿਲਾਂ ਅੱਧੀ ਸੀ, ਮੈਂ ਤੇ ਚੱਕ ਦੂ ਗਰੀਬੀਆਂ ਨਾਲੇ ਬੰਦੇ ਨਾਲੇ ਬੀਬੀਆਂ। ਆ ਜਾ ਬਈ, ਸਾਡੀ ਬੇਬੇ ਨੇ, ਓਏ ਹੋਏ, ਸਾਡੀ ਬੇਬੇ ਨੇ ਘਰ ਜਦੋਂ ਪਿੰਕ ਸੂਟ ਪਾ ਕੇ ਨਿਕਲਣਾ, ਤੇ ਸਾਰਿਆਂ ਨੇ ਕਹਿਣਾ ਤੁਰਦੀ ਹੈ ਪਿੰਕ ਸੂਟ ਦੇ ਪਹੁੰਚੇ ਚੱਕ ਚੱਕ ਕੇ, ਮੈਂ ਤੇ ਚੱਕ ਦੂੰ ਗਰੀਬੀਆਂ। ਆ ਜਾ, ਸਾਡੀ ਬੇਬੇ ਦਾ ਅੱਜ ਇੰਨਾ ਵਧੀਆ ਸੁਭਾਅ ਸੀ, ਓਏ ਹੋਏ, ਸਾਡੀ ਬੇਬੇ ਦਾ ਸਾਰੇ ਪਿੰਡ ਨਾਲ ਪਿਆਰ ਸੀ, ਗੱਲ ਸੁਣ, ਸਾਡੇ ਬੁੱਢੇ ਨਾਲ ਵੀ ਸੀ, ਮੈਂ ਤੇ ਚੱਕ ਦੂੰ ਗਰੀਬੀਆਂ ਨਾਲੇ ਬੰਦੇ ਨਾਲੇ ਬੀਬੀਆਂ। ਆ ਜਾ ਬਈ, ਉਹ ਭਰਾ ਮੈਂ ਨਹੀਂ ਅਫਸੋਸ ਕਰਨਾ, ਚੱਲ ਠੀਕ ਹੈ ਫਿਰ, ਤੂੰ ਕਰਦਾ ਪੁੱਠੀਆਂ ਗੱਲਾਂ। ਚਲੋ ਇੱਕ ਵਾਰ ਫਿਰ ਤੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ, ਇੰਨੀ ਖਾਸ ਦੀ ਕਬੂਲ ਕਰਿਓ, ਸਰਕਾਰਾਂ ਨੇ ਆਸ਼ੀਰਵਾਦ ਦਿੱਤਾ ਤੇ ਅਗਲੇ ਸਾਲ ਜ਼ਰੂਰ ਹਾਜ਼ਰ ਹੋਵਾਂਗੇ। ਇੱਕ ਬੇਨਤੀ ਹੱਥ ਜੋੜ ਕੇ, ਅਗਲੇ ਮਹੀਨੇ ਜੁਲਾਈ ਮਹੀਨੇ ਸਾਡੀ ਟੇਪ ਫਿਲਮ ਸਾਡੀ ਰਿਲੀਜ਼ ਹੋ ਰਹੀ ਹੈ ਭੂਆ ਸਾਡੀ ਮਰਦੀ ਬੱਕਰੇ ਦੇ ਮੀਟ 'ਤੇ, ਉਸ ਨੂੰ ਵੀ ਪੂਰਾ ਪਿਆਰ ਦੇਣਾ, ਇੱਕ ਵਾਰ ਤਾਲੀ ਲਗਾ ਕੇ ਦੱਸ ਦਿਓ। ਓਰੀਜਨਲ ਸੀ ਡੀ ਲੈਣੀ ਹੈ HME ਕੰਪਨੀ ਤੋਂ, ਹੈਪੀ ਮਨੀਲਾ ਸਾਹਿਬ ਰਿਲੀਜ਼ ਕਰ ਰਿਹਾ। ਥੈਂਕ ਯੂ ਵੈਰੀ ਮਚ, ਥੈਂਕ ਯੂ।